आ बैड तुसी इत्थों आके 13,000 रुपए का बैड लै जाओ। 13,000 रुपए का बैड तो तुहानू देना ही आ, असी नाल 5,000 रुपए का गद्दा भी तुहानू देवांगे बिल्कुल फ्री। इहनू कह लो भी 5-स्टार होटल वाला बैड आ, चाहे तुसी कह लो ये महिला वर्गा बैड आ, चाहे तुसी कह लो दुबई वाले शेख का बैड आ। आ तुसी देखो जी बैड की ढो, जिहड़े रॉयल क्लास बंदे आ, जिहड़े डॉक्टर हैगे आ, जिहड़े प्रॉपर्टी डीलर वड्डे हैगे आ, जिहड़े बिजनेसमैन हैगे आ, जिहड़े उन्हां दे घरां चा चीज़ां जा रही, भावें घर कल्ली लेडीज़ आ, नहीं तो एडे एडे कत्तियां दे भार आ, जदों ना जनानी बैड चकदी आ ते उहदी आ ढूई दी नाड़ चढ़ जांदी आ। हुण नाड़ नूड़ नहीं चढ़नी तुहाडी ढूई दी, ओए हुण तां स्प्रिंग लाता। अज दी वीडियो भी जिहड़ा सब तों वध शेयर करूगा ਉਹ ਸਾਡੇ 5 ਦਰਸ਼ਕਾਂ ਨੂੰ, ਅਸੀਂ 5 ਝੂਲੇ ਬਿਲਕੁਲ ਫ੍ਰੀ ਦੇਣੇ ਆ, ਤੁਹਾਡੇ ਤੋਂ 1 ਰੁਪਇਆ ਵੀ ਨਹੀਂ ਲੈਣਾ। ਅਗਲਾ ਕਹਿੰਦਾ ਮੈਂ ਕਰੋੜਾਂ ਰੁਪਇਆਂ ਦੀ ਕੋਠੀ ਬਣਾ ਲਈ, ਕਰੋੜਾਂ ਰੁਪਇਆਂ ਦੀਆਂ ਫੈਕਟਰੀਆਂ ਲਾ ਲਈਆਂ, ਮੇਰੇ ਮੁੰਡੇ ਕੁੜੀ ਦਾ ਰਿਸ਼ਤਾ ਨਹੀਂ ਹੁੰਦਾ। ਗੁੱਸਾ ਨਾ ਕਰਿਓ, ਰਿਸ਼ਤਾ ਹੋਣ ਲਈ ਜਿਹੜਾ ਤੁਹਾਡੇ ਘਰੇ ਆਇਆ ਉਹਨੇ ਸਾਰਾ ਕੁਝ ਦੇਖਣਾ। ਹੁਣ ਉੱਥੇ ਆਪਾਂ ਸੋਨਾ ਤਾਂ ਦਿਖਾ ਨਹੀਂ ਸਕਦੇ, ਠੀਕ ਹੈ ਨਾ, ਬੈਂਕ ਦੀ ਐਫਡੀਆਂ ਨਹੀਂ ਦਿਖਾ ਸਕਦੇ, ਰਜਿਸਟਰੀਆਂ ਨਹੀਂ ਦਿਖਾ, ਉਹਨੇ ਘਰੇ ਆਏ ਨੂੰ ਫਰਨੀਚਰ ਹੀ ਦੇਖਣਾ। ਤੁਸੀਂ ਬ੍ਰੋਕਰਾਂ ਨੂੰ 50-50,000, ਲੱਖ-ਲੱਖ, 2-2 ਲੱਖ ਰੁਪਇਆ ਦੇਈ ਜਾਂਦੇ ਹੋ, ਕਦੇ ਨਾ ਮਨ, ਮੈਂ ਸਲੀਤ ਗੱਲ ਕਰਦਾ, ਆਪਦੇ ਘਰ ਦੇ ਫਰਨੀਚਰ ਦੀ ਵੀ ਨਿਗਾਹ ਮਾਰ ਲਿਆ। ਜਿਹੜਾ ਇੰਸਟਾਗ੍ਰਾਮ 'ਤੇ ਲਿੰਕ ਸ਼ੇਅਰ ਕਰੂਗਾ, ਵੀਡੀਓ ਦੇਖੂਗਾ, ਉਹਨੂੰ 5% ਅਸੀਂ ਐਕਸਟਰਾ ਲੈ ਲਓ ਜੀ। ਇੱਕ ਹੋਰ ਫਾਇਦਾ ਅੱਜ ਹੈ ਨਾ, ਬਹੁਤ ਖੁਸ਼ ਆ ਸਰਦਾਰ ਜੀ, ਕਹਿੰਦੇ ਫਾਇਦੇ ਹੀ ਫਾਇਦੇ ਕਰੀ ਜਾਣੇ ਆ, 40% ਦਾ ਡਿਸਕਾਊਂਟ ਦੇਣਾ ਹੀ ਆ। ਤੁਸੀਂ ਪਹਿਲੀ ਵਾਰੀ ਇੱਥੇ ਆ ਜਾਓ, ਤੁਹਾਨੂੰ 40% ਦੇ ਉੱਪਰ ਵੀ ਡਿਸਕਾਊਂਟ ਦੇਵਾਂਗੇ, 5% ਤੋਂ ਲੈ ਕੇ 30% ਤੱਕ ਤੁਹਾਡੇ ਫਾਇਦੇ ਹੋਣੇ ਆ। ਸੋ ਲਓ ਜੀ, ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਫਾਇਦੇ ਹੋਣੀ ਆ, ਭਾਵੇਂ ਤੁਹਾਡੇ ਘਰ ਛੋਟੇ ਆ, ਭਾਵੇਂ ਤੁਹਾਡੇ ਘਰ ਵੱਡੇ ਹੈਗੇ ਆ, ਤੁਹਾਡੇ ਘਰ ਨੂੰ ਅਸੀਂ ਬਣਾ ਦੇਵਾਂਗੇ ਹੋਟਲਾਂ ਵਾਂਗ। ਤੁਹਾਨੂੰ ਮਹਿਸੂਸ ਹੋਊਗਾ ਵੀ ਹਾਂ ਭਾਈ, ਅਸੀਂ ਵੀ ਰਾਜਿਆਂ ਦੇ ਘਰ ਜੰਮੇ ਆ। ਬਹੁਤ ਸਸਤੇ ਰੇਟਾਂ 'ਤੇ ਅੱਜ ਤੁਹਾਨੂੰ ਅਸੀਂ ਲਗਜ਼ਰੀ ਫਰਨੀਚਰ ਲੈ ਕੇ ਦੇਣਾ, ਸੋਫੇ, ਬੈੱਡ, ਡਾਇਨਿੰਗ ਟੇਬਲ, ਅਲਮਾਰੀਆਂ, ਗੱਦੇ, ਇੱਦਾਂ ਦੇ ਲੈ ਕੇ ਦੇਣੇ ਆ, ਤੁਹਾਡੀ ਰੂਹ ਖੋਲ ਦੇਣੀ ਆ। ਕਿਉਂਕਿ ਚੱਡਾ ਸਾਹਿਬ ਪੰਜਾਬ ਦੇ ਇੱਕ ਇਹੋ ਜਿਹੇ ਇਨਸਾਨ ਆ ਜਿਨ੍ਹਾਂ ਨੇ ਇੱਕੋ ਹੀ ਗੱਲ ਕਹਿਤੀ ਸੀ, ਕਹਿੰਦੇ ਬਈ ਆਪਾਂ ਨਹੀਂ ਲੁੱਟ ਕਰਨੀ। ਸੱਗੜ ਸਾਹਿਬ ਪਤਾ ਗੱਲ ਕੀ ਆ, ਆਪਾਂ ਝੂਠ ਵੇਲ ਕੇ ਕਿਸੇ ਨੂੰ ਦੇਖੋ, ਕੋਈ 200 ਕਿਲੋਮੀਟਰ ਤੋਂ ਆ ਰਿਹਾ, ਕੋਈ 400 ਤੋਂ ਆ ਰਿਹਾ, ਕੋਈ 100 ਕਿਲੋਮੀਟਰ ਤੋਂ ਆ ਗਿਆ, 150, ਤੁਹਾਡੀ ਆਪਦੀ ਦੁਕਾਨ ਆ, ਤੁਸੀਂ ਜਦੋਂ ਮਰਜ਼ੀ ਆਓ, ਚਾਹੇ 10 ਸਾਲ ਦਾ ਜਵਾਕ ਭੇਜ ਦਿਓ, ਚਾਹੇ 100 ਸਾਲ ਦਾ ਬੁੜਾ ਭੇਜ ਦਿਓ, ਇੱਥੇ ਕੋਈ ਠੱਗੀ ਨਹੀਂ, ਹਰ ਚੀਜ਼ ਦਾ ਰੇਟ ਲਿਖਿਆ ਹੋਇਆ। ਆਹ ਜਿਹੜਾ ਤੁਹਾਨੂੰ ਅਸੀਂ ਬੈੱਡ ਦਿਖਾਉਣ ਜਾ ਰਹੇ ਹਾਂ ਨਾ, ਆਹ ਬੈੱਡ ਦੀ ਬਹੁਤ ਸਾਰੀ ਡਿਮਾਂਡ ਆ, ਲੋਕ ਵਾਰ-ਵਾਰ ਇਸ ਬੈੱਡ ਦਾ ਆਰਡਰ ਕਰ ਰਹੇ ਆ, ਕਿਉਂਕਿ ਬੈੱਡ ਦੇ ਵਿੱਚ ਜਾਨ ਹੀ ਬਹੁਤ ਆ। ਆਹ ਤੁਸੀਂ ਦੇਖੋ ਜੀ ਬੈੱਡ ਦੀ ਢੋ, ਜਿਹੜੇ ਰਾਇਲ ਕਲਾਸ ਬੰਦੇ ਆ, ਜਿਹੜੇ ਡਾਕਟਰ ਹੈਗੇ ਆ, ਜਿਹੜੇ ਪ੍ਰੋਪਰਟੀ ਡੀਲਰ ਵੱਡੇ ਹੈਗੇ ਆ, ਜਿਹੜੇ ਬਿਜ਼ਨਸਮੈਨ ਹੈਗੇ ਆ, ਜਿਹੜੇ ਉਹਨਾਂ ਦੇ ਘਰਾਂ 'ਚ ਆਹ ਚੀਜ਼ਾਂ ਜਾ ਰਹੀਆਂ। ਆ ਕੇ ਇੱਧਰ ਨੇੜੇ ਕੈਮਰਾ ਲੈ ਕੇ ਆਓ, ਆਹ ਤੁਹਾਨੂੰ ਅਸੀਂ ਦਿਖਾ ਤੀ, ਆਹ ਚੀਜ਼ ਚੈੱਕ ਕਰੋ, ਉਹਦੇ ਉੱਪਰ ਦੇਖੋ ਫਿਨਿਸ਼ਿੰਗ ਸਫਾਈ ਕਿੰਨੀ ਆ ਇਹਦੇ ਉੱਪਰ, ਹੈ ਨਾ, ਸੈਟੀ ਦੇ ਉੱਤੇ। ਆਹ ਦੇਖੋ ਕਿੰਨੇ ਸੋਹਣੇ ਇਹਦੇ ਉੱਤੇ ਆਹ ਲੱਗੇ ਹੋਏ ਆ, ਇਹਨੂੰ ਖਿੱਚੋ ਪੋਲਾ ਜਿਹਾ। ਆਹ ਦੇਖੋ ਅੰਦਰ ਵੀ ਸਫਾਈ, ਦੇਖੋ ਬਹੁਤ ਜ਼ਿਆਦਾ ਸਫਾਈ ਆ। ਆਹ ਦੇਖੋ ਨਾ, ਇੱਦਾਂ ਦੀਆਂ ਚੀਜ਼ਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ, ਆਹ ਵੀ ਚੈੱਕ ਕਰ ਲਓ, ਇਹਦੀ ਵਾਰ-ਵਾਰ ਡਿਮਾਂਡ ਆ ਰਹੀ ਆ। ਸਰ ਮੈਨੂੰ ਇਹ ਪਤਾ ਲੱਗ ਰਿਹਾ ਵੀ ਕਹਿੰਦੇ ਵੀ ਸਾਰੇ ਲੋਕ ਆ ਕੇ ਇਹਦੀ ਜ਼ਰੂਰ ਪੁੱਛਦੇ, ਇਹ 'ਚ ਹੋਰ ਕੀ ਖਾਸ ਚੀਜ਼ ਦੱਸ ਦਿਓ। ਆਹ ਦੇਖੋ ਭਾਈ, ਜੈਕ ਲੱਗਾ ਹੋਇਆ ਵਿੱਚ ਇਹਦੇ, ਜਦੋਂ ਮੈਂ ਚੱਕੋ ਇਹਨੂੰ, ਘਰ ਲੇਡੀਜ਼ ਇਕੱਲੀ ਆ, ਉਹ ਵੀ ਆਰਾਮ ਨਾਲ ਕੰਮ ਕਰ ਸਕਦੀ, ਛੱਡ ਦੋ ਗੱਦਾ ਭਾਈ ਉੱਪਰ ਜੀ, ਆਣ ਦੋ ਗੱਦਾ ਉੱਪਰ, ਆਣ ਦੋ, ਅੱਛਾ ਛੱਡ ਦੀ ਜੀ, ਤਾਂ ਵੀ ਜਾਊਗਾ ਭਾਈ, ਭਾਵੇਂ ਘਰ ਇਕੱਲੀ ਲੇਡੀਜ਼ ਆ, ਨਹੀਂ ਤਾਂ ਐਡੇ ਐਡੇ ਗੱਦਿਆਂ ਦੇ ਭਾਰ ਆ, ਜਦੋਂ ਨਾ ਜਨਾਨੀ ਬੈੱਡ ਚੱਕਦੀ ਆ ਤੇ ਉਹਦੀ ਆ ਢੂਈ ਦੀ ਨਾੜ ਚੜ ਜਾਂਦੀ ਆ। ਹੁਣ ਨਾੜ ਨੂੜ ਨਹੀਂ ਚੜਨੀ ਤੁਹਾਡੀ ਢੂਈ ਦੀ, ਓਏ ਹੁਣ ਤਾਂ ਸਪਰਿੰਗ ਲਾਤਾ, ਭਾਵੇਂ ਛੋਟਾ ਬੱਚਾ ਵੀ ਉਹ ਵੀ ਚੱਕ ਕੇ ਖੋਲੋ, ਇਹਦੇ ਅੰਦਰ ਸਮਾਨ ਸਮੂਹ ਜਿਹਾ ਰੱਖੋ, ਇਹਨੂੰ ਚੱਕ ਆਇਆ ਕਿ ਨਹੀਂ ਆਇਆ ਮਜ਼ਾ, ਇਹ ਪੋਲੇ ਪੋਲੇ ਤੁਹਾਨੂੰ ਚੱਲਦੇ ਹੈ ਨਾ। ਆਹ ਵੀ ਦੇਖ ਲਓ ਦੂਜੇ ਪਾਸੇ, ਸੇਮ ਇਹ ਦੋਨੇ ਭਰਾ ਭਰਾ ਆ, ਇੱਕ ਜਾਂਦਾ ਦੂਜਾ ਵੀ ਚਲਾ ਜਾਂਦਾ, ਦੂਜਾ ਜਾਂਦਾ ਪਹਿਲਾਂ ਵੀ ਚਲ ਜਾਂਦਾ, ਕਿਉਂਕਿ ਜਿਨ੍ਹਾਂ ਦੇ ਘਰਾਂ 'ਚ 4-4 ਰੂਮ ਆ, 2-2 ਰੂਮ ਆ, ਇੱਕ ਰੂਮ 'ਚ ਆਹ ਬੈੱਡ ਰੱਖ ਲੈਂਦੇ ਆ, ਦੂਜੇ 'ਚ ਆਹ ਰੱਖ ਲੈਂਦੇ ਆ। ਆਹ ਤੁਹਾਨੂੰ ਅਸੀਂ ਸੁਪਰ ਚੀਜ਼ਾਂ ਦਿਖਾ ਰਹੇ ਹਾਂ ਜੀ, ਸੁਪਰ ਚੀਜ਼ਾਂ, ਇਹਦੇ ਵਿੱਚ ਵੀ ਤੁਸੀਂ ਦੇਖੋ ਆ ਕਿੰਨਾ ਸੋਹਣਾ ਹੈ ਨਾ, ਇਹਦਾ ਵੀ ਦੇਖੋ ਨਾ, ਬਹੁਤ ਸੋਹਣੀਆਂ ਸੋਹਣੀਆਂ ਆਰਟੀਕਲ ਹੈਗੇ ਆ ਬਾਈ ਜੀ। ਇਹਦੀ ਹੋਰ ਕੀ ਖਾਸੀਅਤ ਆ ਭਾਈ? ਮਾਪਾ ਪਰਨ ਦਾ ਬਣਿਆ ਹੋਇਆ ਬੈੱਡ ਹੈ ਜੀ, ਪਲਿਸਟਰ ਪਾਲਿਸ਼ ਹੋਈ ਹੋਈ ਆ ਪੂਰੀ, ਡੂਰੇਬਲ ਬੈੱਡ ਆ, ਕਿਤੇ ਜਾਣਾ ਨਹੀਂ ਇਹਨੇ, ਜਿਵੇਂ ਮਰਜ਼ੀ ਵਰਤੀ ਚੱਲੋ ਇਹਨੂੰ, 6.5 ਫੁੱਟ ਆ ਬੈੱਡ ਆ, ਉਹ 10 ਫੁੱਟ ਦੀ ਟੋਏ ਬਣਿਆ ਹੋਇਆ, ਘਰ ਦੀ ਸ਼ਾਨ ਆ ਪੂਰੀ ਹੈ। ਸੋ ਆਹ ਚੀਜ਼ਾਂ ਸਾਰੀਆਂ ਦਿਖਾਈ ਜਾਂਦੇ ਆ, ਇਹ ਸਰਦਾਰ ਜੀ ਤੁਹਾਨੂੰ ਹਮੇਸ਼ਾ ਇਸ ਸਟੋਰ 'ਤੇ ਮਿਲਣੇ ਆ, ਜਦੋਂ ਵੀ ਤੁਸੀਂ ਆਓਗੇ ਬਹੁਤ ਸੋਹਣੀ ਡੀਲਿੰਗ ਕਰਦੇ। ਦੇਖੋ ਰੇਟ ਦਾ ਘੱਟ ਹੈਗਾ, ਛੱਡੋ ਗੱਲ, ਕੁਆਲਿਟੀ ਬਹੁਤ ਵਧੀਆ, ਇਹ ਵੀ ਛੱਡੋ ਗੱਲ, ਜਿੰਨਾ ਚਿਰ ਤੁਹਾਡੇ ਨਾਲ ਦੁਕਾਨ ਦਾ
सेल्समैन या दुकान का मालिक या दुकान का मैनेजर चंगी तरह गलबात हैंडशेक करके नहीं करता तो मन नहीं पसंद हूँ तक लोग सारे खुश आ ये बाइया दे 100% जिदा कह रहे हो ना फीडबैक बहुत गुड है सो तू बहुत वधिया सर्विस देंगे आ भी चेक कर लो आ भी सानू बहुत सोहना चेक लगा हुआ जिवें मर्जी चको हलो कला बंदा घरे बैठा आराम ना चके जिवें मर्जी समान रखे बच्चे कोई दिक्कत वाली गल नहीं है इधर आ भाई फैब्रिक बैड है अंदर भी देखो पेंट किया नहीं तो दुकानदार 500-700 रुपया बचाने लिए अंदर उदा ही छड़ देंगे ये भी तुम असं सुपर दे रहे जी एक आ देखो वाइट के बैड आ इन्हों वालों दावे किए जाते केंद्र वाइट रंग है वाइट रहूगा यह कदम पीला नहीं पैना यदि भी जिम्मेवारी देंगे पेंट लगा हुआ गड्डिया पीला नहीं पैना जो मर्जी बत्ती चलो उदा है उदा ही रहूगा ये सारे बैड जिन्हें देख रहे हैं तुम इन भी 40-40% डिस्काउंट देना आ जोड़े तुम चंगे कस्टमर इतने आओगे थानू चंगी चीज़ा होर भी देवे 40% के उपर थानू असी 5-30% तक होर डिस्काउंट आ भी चेक कर लो है ना भाई जी 2K पेंट किया ये तुम हैंडल भी सोहने लाए आ गोल्डन पट्टियां लाइया आ यह तो इदा भी जिमें एक्टर के घर रखे होंगे चीजें यह बनाई महल बने ਤੁਹਾਡੇ ਘਰ ਜਾਓਗੇ ਮਹਿਲ ਲੱਗਣਗੇ ਤੁਹਾਡੇ ਘਰ ਜੀ ਹਾਂਜੀ ਆਹ ਦੇਖੋ ਚਾਹੇ ਤੁਸੀਂ ਇਹਨੂੰ ਕਹਿ ਲਓ ਵੀ 5-star ਹੋਟਲ ਵਾਲਾ ਬੈੱਡ ਆ ਚਾਹੇ ਤੁਸੀਂ ਕਹਿ ਲਓ ਇਹ ਮਹਿਲਾਂ ਵਰਗਾ ਬੈੱਡ ਆ ਚਾਹੇ ਤੁਸੀਂ ਕਹਿ ਲਓ ਦੁਬਈ ਵਾਲੇ ਸ਼ੇਖ ਦਾ ਬੈੱਡ ਆ ਜੋ ਮਰਜ਼ੀ ਨਾਮ ਦੇ ਦਿਓ ਉਹ 1.5-1.5 ਲੱਖ ਰੁਪਈਆ ਇਹਦਾ ਬਾਜ਼ਾਰ 'ਚ ਮੰਗਦੇ ਆ 1.5-1.5 ਲੱਖ ਪਰ ਤੁਹਾਨੂੰ ਅਸੀਂ ਲਗਭਗ ਅੱਧੇ ਰੇਟਾਂ ਦੇ ਵਿੱਚ ਆ ਦੇ ਦਿਆਂਗੇ ਆਹ ਦੇਖੋ ਬਹੁਤ ਸੋਹਣਾ ਇੱਥੇ ਡਿਜ਼ਾਈਨ ਤਾਂ ਬਣਿਆ ਆ ਨਾ ਇਹਦੇ ਉੱਤੇ ਬਹੁਤ ਸੋਹਣੀ ਕੰਮ ਹੈਗਾ ਆ ਇਹ ਵੀ 2K ਪੇਂਟ ਆ ਇਹ ਵੀ ਤੁਹਾਨੂੰ ਸਫਾਈ ਆ ਇਹ ਵਾਈਟ ਦੇ ਵਿੱਚ ਹੈਗਾ ਆਹ ਦੇਖੋ ਨਾ ਆਹ ਵੀ ਬੜਾ ਸੋਹਣਾ ਕਲਰ ਡਿਜ਼ਾਈਨ ਦਿੱਤਾ ਹੈਗਾ ਬਾਈ ਜੀ ਇਹਦਾ ਵੀ ਦੱਸੋ ਇਹਦੇ 'ਚ ਨਵੀਂ ਚੀਜ਼ ਪੇਸ਼ ਕੀਤੀ ਹੈ ਭਾਈ ਦੇਖੋ ਅੱਧਾ ਹਿੱਸਾ ਇਹਦਾ ਬਣਾਇਆ ਹੋਇਆ ਪੇਟੀ ਬਣਾਈ ਹੋਈ ਹੈ ਪਰਲੇ ਪਾਸੇ ਅੱਧੇ ਪਾਸੇ ਤੁਸੀਂ ਇਧਰੋਂ ਤੁਹਾਡਾ ਚੈੱਕ ਲਾਤਾ ਜੀ ਆਪਾਂ ਜਿਵੇਂ ਬਾਈ ਸਮਾਨ ਰੱਖੋ ਵਿੱਚ ਇਹਦੇ ਦਿੱਕਤ ਵਾਲੀ ਕੋਈ ਗੱਲ ਨਹੀਂ ਹੈ ਵਿਨੀਅਰ ਲਾ ਕੇ ਪਾਲਿਸ਼ ਕੀਤਾ ਹੋਇਆ ਬਹੁਤ ਡਿਊਰੇਬਲ ਬੈੱਡ ਹੈ ਜੀ ਇਹ ਮਾਡਰਨ ਚੀਜ਼ਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਨਾ ਆਹ ਦੇਖੋ ਸ਼ੀਸ਼ਮ ਦੇ ਵਿੱਚ ਇਹਦੀ ਬੜੀ ਡਿਮਾਂਡ ਮੰਗਦੇ ਆ ਸਾਰੇ ਕਸਟਮਰ ਕਹਿੰਦੇ ਸਾਨੂੰ ਸ਼ੀਸ਼ਮ ਦਾ ਬੈੱਡ ਚਾਹੀਦਾ ਜਿਹੜੇ ਖਾਸ ਤੌਰ ਤੇ ਵੱਡੇ ਵੱਡੇ ਆਫੀਸਰ ਹੈਗੇ ਜਿਨ੍ਹਾਂ ਦੀ ਬਦਲੀ ਬਦਲੀ ਹੋ ਜਾਂਦੀ ਆ ਉਹ ਇਹਨੂੰ ਬਹੁਤ ਲਾਈਕ ਕਰਦੇ ਕਿਉਂਕਿ ਖੋਲ ਜਾਂਦਾ ਇਹਨੂੰ ਖੋਲ ਕੇ ਤੁਸੀਂ ਉੱਪਰ ਥੱਲੇ ਲੈ ਜਾਓ ਜਿੱਥੇ ਮਰਜ਼ੀ ਲਿਜਾ ਸਕਦੇ ਆ ਬਾਈ ਜੀ ਡਿਜ਼ਾਈਨ ਵਿੱਚ ਕਾਫੀ ਹੈਗੇ ਨਾ ਬਾਈ 3 ਡਿਜ਼ਾਈਨ ਲੱਗੇ ਹੋਏ ਨੇ ਸਾਹਮਣੇ ਜੀ ਇੱਕ ਬ੍ਰਿਕ ਡਿਜ਼ਾਈਨ ਹੈ ਜੀ ਇੱਕ ਕੁਬੇਰ ਡਿਜ਼ਾਈਨ ਹੈ ਇਹ ਡਾਇਮੰਡ ਡਿਜ਼ਾਈਨ ਹੈ 3 ਡਿਜ਼ਾਈਨ ਨੇ ਨਾਲ ਸੈੱਟ ਟੇਬਲਾਂ ਨੇ ਅੱਗੋਂ ਟ੍ਰੋਲੀ ਆ ਇਹਦੇ 'ਚ ਆਹ ਦੇਖੋ ਜਿਵੇਂ ਤੁਸੀਂ ਨਾ ਫਿਲਮ ਦੇਖਣ ਜਾਂਦੇ ਹੁੰਦੇ ਆ ਸਿਨੇਮਿਆਂ ਦੇ ਵਿੱਚ ਆਹ ਸਿਨੇਮੇ ਵਰਗਾ ਬੈੱਡ ਬਣਾਤਾ ਆਹ ਦੇਖੋ ਨਾ ਬੰਬੇ ਦੇ ਵਿੱਚ ਐਕਟਰਾਂ ਦੇ ਬਹੁਤ ਸਾਰੇ ਨਾਮਵਰ ਐਕਟਰਾਂ ਦੇ ਸਲਮਾਨ ਖਾਨ ਦੇ ਘਰ ਵੀ ਆ ਬੈੱਡ ਪਿਆ ਆ ਇੱਕ ਪਹਿਲਾਂ ਫਿਲਮ ਆਈ ਸੀ ਹਿੰਦੀ ਫਿਲਮ ਦੇ ਵਿੱਚ ਵੀ ਤੁਸੀਂ ਦੇਖਿਆ ਸੀ ਬੈੱਡ ਬਹੁਤ ਸੋਹਣਾ ਆ ਇਹਦੇ ਵਿੱਚ ਤੁਸੀਂ ਚਾਹੇ ਆਪਣਾ ਫੋਨ ਰੱਖੋ ਬੁੱਕਸ ਰੱਖੋ ਤੁਸੀਂ ਚਾਹ ਦਾ ਕੱਪ ਪੀਣਾ ਬੈੱਡ 'ਤੇ ਉਹ ਰੱਖ ਲਓ ਸਪੇਸ ਬਹੁਤ ਹੈਗੀ ਆ ਇਹਦੇ ਵਿੱਚ ਤੁਸੀਂ ਦੇਖੋ USB ਲਾਓ ਇਹ 'ਚ ਗਾਣੇ ਗੁਣੇ ਵੀ ਚੱਲ ਜਾਂਦੇ ਆ ਇਹ 'ਚ ਤੁਸੀਂ ਸਵੇਰੇ ਪਾਠ ਪੂਜਾ ਕਰਨੀ ਆ ਪਾਠ ਸੁਣਨੇ ਆ ਭਜਨ ਸੁਣਨੇ ਆ ਕੀਰਤਨ ਉਹ ਵੀ ਲੱਗ ਜੂਗਾ ਇਹ ਸੋਫੇ ਦਾ ਸੋਫਾ ਵੀ ਆ ਦੇਖੋ ਬਣ ਗਿਆ ਬੈਠ ਵੀ ਸਕਦੇ ਆ ਆਹ ਵੀ ਤੁਸੀਂ ਦੇਖ ਲਓ ਇਹ ਸਟੋਰ ਵੀ ਬਣ ਗਿਆ ਇਹਦੇ ਵਿੱਚ ਤੁਸੀਂ ਜਮ੍ਹਾਂ ਕਰ ਸਕਦੇ ਆ ਮਤਲਬ ਮਲਟੀ ਇਹਦੇ ਵਿੱਚ ਐਕਸ਼ਨ ਹੈਗੇ ਤੁਸੀਂ ਜੋ ਮਰਜ਼ੀ ਯੂਜ਼ ਕਰ ਲਓ ਬੱਚੇ ਨੇ ਪੜ੍ਹਨਾ ਨਹੀਂ ਕਿਤੇ ਹੁੰਦੇ ਬੱਚੇ ਨੇ ਜੇ ਪੜ੍ਹਨਾ ਕੰਪਿਊਟਰ ਵਾਲਾ ਕੰਮ ਵੀ ਰੱਖਿਆ ਨਾਲ ਆਪਾਂ ਜੀ ਲੈਪਟਾਪ ਰੱਖੋ ਜੋ ਮਰਜ਼ੀ ਰੱਖੋ ਆਹ ਦੇਖੋ ਜੀ ਆਹ ਚੱਕਿਆ ਜਾਂਦਾ ਉੱਪਰੋਂ ਹਾਂ ਜਿਵੇਂ ਮਰਜ਼ੀ ਚੱਕ ਕੇ ਤੁਸੀਂ ਪੜ੍ਹ ਸਕਦੇ ਹੋ ਉੱਧਰ ਬੈਠੋ ਇੱਧਰ ਬੈਠੋ ਦੋ ਪੱਫੀਆਂ ਨਾਲ ਨੇ ਪਹਿ ਕੇ ਪੜ੍ਹਨ ਵਾਸਤੇ ਇਹਦੇ ਤੇ ਕੰਪਿਊਟਰ ਟੇਬਲ ਵਿੱਚੇ ਫਿੱਟ ਕਰ ਬੱਚੇ ਫਿੱਟ ਕੀਤਾ ਹੋਇਆ ਆਹ ਦੇਖੋ ਇੱਕ ਹੋਰ ਦੇਖੋ ਨਾ ਗ੍ਰੇ ਦੇ ਵਿੱਚ ਆਹ ਦੇਖੋ ਇਹਨੂੰ ਦੇਖੋ ਤੁਸੀਂ ਬਹੁਤ ਸੋਹਣਾ ਡਿਜ਼ਾਈਨ ਆਹ ਦੇਖੋ ਨਾ ਕਿੰਨਾ ਸੋਹਣਾ ਡਿਜ਼ਾਈਨ ਬਣਾਤਾ ਇਹਦੀ ਕਾਫੀ ਸੋਹਣਾ ਕੱਪੜਾ ਲਾਤਾ ਇਹ ਵੀ ਇੱਕ ਯੂਨੀਕ ਚੀਜ਼ ਆ ਇੱਧਰ ਵੀ ਆ ਜਾਓ ਆਹ ਦੇਖੋ ਗੋਲਡਨ ਦੇ ਵਿੱਚ ਹੈਗਾ ਆਹ ਡਿਜ਼ਾਈਨ ਸੈਟੀਆਂ ਲੱਗੀਆਂ ਇਹ ਸਾਰਾ ਭਾਜੀ ਡੀਕੋ ਹੋਇਆ ਲਾਂਗੇ ਤੇ ਜੀ ਹਾਂ ਅੱਗੇ ਬਾਕੀ ਫੈਬਰਿਕ ਦਾ ਕੰਮ ਹੈ ਸਾਰਾ ਜੀ ਆ ਸਾਰਾ ਫੈਬਰਿਕ ਲੱਗਾ ਸਾਈਡ ਤੇ ਜੀ ਜਿਵੇਂ ਮਰਜ਼ੀ ਵਰਤੋ ਕੋਈ ਦਿੱਕਤ ਵਾਲਾ ਕੰਮ ਹੈ ਹੀ ਨਹੀਂ ਇਹਦੇ ਵਿੱਚ ਜੀ ਤੁਸੀਂ ਇਹ ਨਾ ਬੈਂਟਲੀ ਗੱਡੀ ਬਾਰੇ ਸੁਣਿਆ ਹੋਣਾ ਬੈਂਟਲੀ ਗੱਡੀ ਜਿਹੜੀ ਉਹ ਸਾਰਿਆਂ ਦੀ ਮਾਂ ਆ ਗੱਡੀਆਂ ਦੇ ਵਿੱਚ ਹੈ ਨਾ ਦੇਸੀ ਭਾਸ਼ਾ 'ਚ ਕਹਿ ਦਈਏ ਸੋ ਉਹ ਅਤੇ ਲੋਗੋ ਲਾਤਾ ਢੋਏ ਦਾ ਬਹੁਤ ਵੱਡਾ ਕਰਤਾ ਸਫਾਈ ਇੱਥੇ ਬਹੁਤ ਆ ਆਹ ਪੋਲਿਸ਼ ਦੇਖੋ ਕਿੰਨੀ ਸੋਹਣੀ ਹੋਈ ਆ ਬਾਈ ਜੀ ਇਹ ਪੋਲਿਸ਼ ਹੋਈ ਆ ਕਿ ਮਾਈਕਾ ਕਿ ਕੀ ਆ ਇਹ ਭਾਜੀ ਵੀਨੀਅਰ ਦੇ ਉੱਪਰ ਪਾਲਿਸ਼ ਹੋਈ ਆ ਪਲਿਸਟਰ ਪਾਲਿਸ਼ ਜਿਹੜੇ ਘਰ ਕਹੇ ਤੇ ਸਾਡੇ ਘਰ ਕੰਧ ਛੋਟੀ ਆ ਪਿੱਛੇ ਸੋਚ ਆ ਜਾਂਦੇ ਆ ਮਗਰ ਉਹਦੇ ਵਾਸਤੇ ਛੋਟੇ ਢੋ ਬਣਾਈ ਹੋਈ ਆ ਨਾ ਸੈਪਟਾਂ ਲੱਗ ਰੱਖੀ ਆ ਨਾਲ ਆਪਣੇ ਕੋਈ ਦਿੱਕਤ ਨਾ ਆਵੇ ਹਰ ਘਰ ਦੇ ਹਿਸਾਬ ਨਾਲ ਬੈੱਡ ਬਣਾਏ ਹੋਏ ਆ ਆਪਾਂ ਜੀ ਸੋ ਆ ਦੇਖੋ ਜੇ ਤਾਂ ਸਾਡੇ ਕੋਲ ਨਾ ਥੋੜੇ ਜਿਹੇ ਹੈਵੀ ਚੀਜ਼ਾਂ ਆ ਥੋੜੀਆਂ ਲਗਜ਼ਰੀ ਚੀਜ਼ਾਂ ਆ 50-60-70-80 ਆ ਦਾ ਬੈੱਡ ਆ ਬੈੱਡ ਸਾਡੇ ਕੋਲ 13,000 ਦਾ ਜੀ ਬੈੱਡ ਸਾਡੇ ਕੋਲ 20,000 ਦਾ ਵੀ ਆ ਸਾਡੇ ਕੋਲ 32,000 ਦਾ ਵੀ ਆ ਸਾਡੇ ਕੋਲ 25,000 ਦਾ ਵੀ ਆ ਬੈੱਡਾਂ ਦੇ ਵਿੱਚ ਸਾਡੇ ਕੋਲ ਬਹੁਤ ਵੈਰਾਈਟੀ ਆ ਦੇਖੋ ਨਾ ਸਿੰਪਲ ਦਾ ਸਿੰਪਲ ਨਾਰਮਲ ਜਿੱਦਾਂ ਦੀ ਡਿਮਾਂਡ ਹੈਗੀ ਆ ਬਾਜੀ ਇਹ ਬਹੁਤ ਬੈੱਡ ਚੱਲਦਾ ਇੱਕ ਤਾਂ ਇਹ ਹੈਵੀ ਦੇ ਵਿੱਚ ਹੈਗਾ ਇੱਕ ਆ ਡਰੋ ਇਹਦੇ ਵਿੱਚ ਕਾਫੀ ਆ ਇਹਦੇ ਵਿੱਚ ਵੀ ਹੈਗਾ ਇਹਦਾ ਰੇਟ ਕੀ ਆ
कि भाई 13,000 का बैड है, ये उपर 5,000 का गद्दा राहट फ्री रखे साडा जी। ये सर को दो मॉडल ने, एक साडा मॉडल और रखे है, यह डाले वाला डिजाइन है जी, और बिना डाले तो मैं चलो तुम मर्जी लै सकते हो, वो पिछले लगा है डिजाइन देख लो। वो देखो तुम ना वो भी ये जो 13,000 रुपये का थानू असं बैड देवे सलाह जी। एक होर बहुत व्डा धमाका कर लगे हाँ, तुम साजन किचन फर्नीचर से आ जाओ, पूरे इंडिया नालों सस्ता बैड है जी। आ बैड तुम इतों आके 13,000 रुपये का बैड लै जाओ, 13,000 रुपये का बैड तो थानू देना ही हाँ, असी नाल 5,000 रुपए का गद्दा भी थानू देवे बिल्कुल फ्री। पूरा चैलेंज करते हैं दोनिया बाहां खड़ियां करके, जिथे मर्जी चल जाओ, आ डील नहीं मिलनी। 13,000 का बैड, 5,000 का गद्दा देना असी फ्री। एक मॉडल थानू ये देवे, दूजा मॉडल थानू आ देवे, गोल्डन पत्तियां हैगियां। सो इदां दे ऑफर सानू असी दे रहे हैं भाई। दो बैड ने, दोवां दा गद्दा फ्री है, 13,000 का बैड है, जिद जिमें मर्जी लो, पूरा हाजिर माल पे अपने। जिमें महाराजा के घर लगे ना बैड, वो चीज़ बनाई है देखो, आ सारी देखो किमें कवरिंग हुई है, आ सारा देखो बहुत शानदार बैड बनया है, विनियर लगा हुआ, सागवान लगी हुई है, 6x6.5 का बैड है। इंस्टाग्राम से असी एक्स्ट्रा लैस देनी है, 5% का एक्स्ट्रा लैस, जिहड़ा साडा इंस्टाग्राम का पेज लिंक से शेयर करूगा, फॉलो करूगा, 5% एक्स्ट्रा लैस देवे। तकड़ देखो तुम ना, अज तो असं वीडियो बनाती, पर तुम चाहते सू रोज़ रोज़ की जप किचन की वरायटी दिसे। आ जप किचन फर्नीचर आ, 5,200 फॉलोवर आ, इतने जाओ, इनू हमने तुम फॉलो कर लो, पहले तो फॉलो कर लो, फिर यदि वरायटियाँ देख लो। असं है ना कल परसों तो कली कली चीज़ तो सोफे बैड डायनिंग भी पाने लग पे हैं, सो तुम चॉइस बहुत देखने मिल जानी आ। पहला काम की करना आ, जप किचन फर्नीचर का जोड़ा पेज हैगा इंस्टाग्राम पर फॉलो कर लो, थोड़े फायदे है। यहाँ फॉलो करके तुम इतने आ जाओ, स्क्रीनशॉट लैके आओ, जो असी पहला डिस्काउंट देने वो देना आ, 5% सूँ होर डिस्काउंट देना, क्योंकि तुम फॉलो करके आए होने। अज की वीडियो भी जोड़ा सब तो वह शेयर करूँगा वो साढ़े 5 दर्शकों, असं 5 झूले बिल्कुल फ्री देने, थोड़े तो 1 रुपया भी नहीं लेना। वीडियो जोड़ा शेयर कर दूगा, जिमें अज गिफ्ट क्ढे है, इस तरह 5 लोगों असी 5 झूले हा फ्री देवे। सो वीडियो शेयर करो, लाइक करो, चंगे चंगे कमेंट कर दियो। जो तुम साजन किचन फर्नीचर हाउस से आना, थानू इदा नहीं लगना किसी शोरूम से गए हैं, थानू यह लगना भी असं अपने घर च ही बैठे हैं। सो बहुत सारा फायदा आ, तुम इतने आके फायदा ले लो। सब तो वड्डी गल तकड़ साहब, जिहड़ा तुहाडा नाम लै दिंदा साडे कोले आके कस्टमर, वे तकड़ साहब दे इलाके दे विचों आए फगवाड़े चों, भाजी तुहाडे वास्ते ऑन कॉल करने 40% असी आफ्टर लैस लाई हुई आ, ਤੁਹਾਡੇ ਦੇ ਨਾਮ ਦੇ ਉੱਪਰ 10% ਐਕਸਟਰਾ ਲੈਸ ਅਸੀਂ ਜ਼ਰੂਰ ਦੇਵਾਂਗੇ ਉਹਨਾਂ ਨੂੰ। ਚਲੋ ਜੀ, ਬਾਈ ਜੀ ਨੇ ਬੜਾ ਮਾਣ ਆ, ਤੁਸੀਂ ਕਹਿ ਰਹੇ ਹੋ ਤੱਗੜ ਦੇ ਘਰੋਂ ਆਏ ਆ, ਇਲਾਕੇ 'ਚੋਂ ਆਏ ਆ, ਜਾਂ ਬਾਈ ਦੀ ਵੀਡੀਓ ਦੇਖ ਕੇ ਆਏ ਆ, ਜਿਹੜਾ ਡਿਸਕਾਊਂਟ ਹੈਗਾ ਉਹ ਦੇਣਾ, ਕਮਿਟਮੈਂਟ ਕਰਤੀ, ਕਹਿੰਦੇ 10% ਹੋਰ ਦੇ ਦਿਆਂਗੇ। ਸਕਰੀਨਸ਼ੋਟ ਲੈ ਕੇ ਆ ਜਾਓ, ਤੁਹਾਡੇ ਫਾਇਦੇ ਆ। ਕੋਈ ਜਾਣਕਾਰੀ ਲੈਣੀ ਫੋਨ ਤੁਸੀਂ ਕਰ ਸਕਦੇ ਆ। ਕੈਮਰਾਮੈਨ ਓਮ ਸੰਧੀ ਨਾਲ ਹਰਦੀਪ ਸਿੰਘ ਤੱਗੜ, ਸਾਂਝ ਟੀਵੀ, ਮੁੱਲਾਪੁਰ ਦੱਖਾਂ।